ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪਜੀ ਦਾ ਸਵਾਗਤ ਹੈ ਦੋਸਤੋ ਸੋ ਦੋਸਤੋ ਲੈ ਕੇ ਆਏ ਆ ਐਸਐਸਟੀ ਨਾਲ ਸੰਬੰਧਤ ਅੱਜ ਦਾ ਆਪਣਾ ਅਗਲਾ ਲੈਕਚਰ ਹੈਗਾ ਸੋ ਮੌਰੀਆ ਕਾਲ ਆਪਾਂ ਪੜ ਰਹੇ ਸੀ ਮੌਰੀਆ ਕਾਲ ਦੇ ਉੱਪਰ 10 ਕ ਪ੍ਰਸ਼ਨ ਕਰੇ ਸੀਗੇ ਸੋ ਅੱਗੇ ਪ੍ਰਸ਼ਨ ਕਰਦੇ ਆਂਗੇ 15 ਅੰਕ ਪ੍ਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਮੌਰੀਆ ਕਾਲ ਦੇ ਨਾਲ ਸੰਬੰਧਤ ਚੰਦਰਗੁਪਤ ਮੌਰੀਆ ਦੇਖੋ ਹਨਾ ਆਪਾਂ ਪੜਿਆ ਸੀ ਕਿੰਨਾ ਉਹਦੇ ਬਾਰੇ ਤੇ ਮੌਰੀਆ ਕਾਲ ਦੇ ਵਿੱਚੋਂ ਕਾਫੀ ਪ੍ਰਸ਼ਨ ਪੁੱਛੇ ਜਾਂਦੇ ਆਗੇ ਐਸਐਸਟੀ ਦੇ ਮਤਲਬ ਹਿਸਟਰੀ ਦੇ ਨਾਲ ਸੰਬੰਧਤ ਸੋ ਅਸਸਤੀ ਦਾ ਆਪਾਂ ਇਹ ਸ਼ੁਰੂ ਕੀਤਾ ਹੋਇਆ ਆਪਾਂ ਸੋ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਸੋ ਨੋਟ ਕਰਵਾ ਦਈਏ ਵੀ ਤੁਹਾਡੇ ਨੋਟਸ ਨੇ ਜਿਹੜੇ ਉਹ ਤਿਆਰ ਹੋ ਚੁੱਕੇ ਨੇ ਜੀ ਸਾਰੇ ਟਾਈਪ ਹੋ ਚੁੱਕੇ ਨੇਗੇ ਉਹਨਾਂ ਦੀ ਪੀਡੀਐਫ ਫਾਈਲਾਂ ਬਣੀਆਂ ਪਈਆਂ ਨਗੀਆਂ ਤੇ ਉਹ ਆਪਾਂ ਅੱਜ ਸ਼ਾਮ ਤੱਕ ਜਾਂ ਕੱਲ ਨੂੰ ਸੰਡੇ ਆ ਦੇਖੋ 23 ਤਰੀਕ 23 ਜਨਵਰੀ 2022 ਆਪਾਂ ਤੁਹਾਨੂੰ ਅਨਾਉਂਸ ਕਰ ਦਿਆਂਗੇ ਉਹ ਉਹਦੇ ਬਾਰੇ ਦੇ ਵਿੱਚ ਕੀ ਖਰਚਾ ਆਊਗਾ ਹਨਾ ਕਿਵੇਂ ਤੁਹਾਨੂੰ ਮਿਲਣਗੇ ਤੁਸੀਂ ਕਿਵੇਂ ਸਾਨੂੰ ਮਤਲਬ ਉਹਦੀ ਪੇਮੈਂਟ ਭੇਜੋਗੇ ਇਹ ਸਾਰੀ ਨੋਟ ਕਰਵਾ ਦੇਵਾਂਗੇ ਤੁਹਾਨੂੰ ਅਸੀਂ ਨੋਟਸ ਸਾਰੇ ਟਾਈਪ ਕੀਤੇ ਨੇ ਇਸ ਵਾਰੀ ਮੇਨ ਗੱਲ ਇਹ ਆ ਵੀ ਆਪਾਂ ਇੱਕ ਵੀ ਚੀਜ਼ ਨੂੰ ਹੱਥ ਲਿਖਤ ਨਹੀਂ ਦੇਵਾਂਗੇ ਸਾਰਾ ਟਾਈਪ ਕੀਤਾ ਹੋਊਗਾ A to Z ਟਾਈਪ ਕੀਤੇ ਦੇ ਵਿੱਚ ਨਾ ਇੱਕ ਚੀਜ਼ ਫਾਇਦਾ ਹੋ ਜਾਂਦਾ ਵੀ ਬਹੁਤ ਘੱਟ ਪੇਜ ਭਰੇ ਜਾਂਦੇ ਆ ਜਦੋਂ ਆਪਾਂ ਹੱਥ ਨਾਲ ਲਿਖਦੇ ਆ ਤਾਂ ਸਾਨੂੰ ਫਿਰ ਉਹਨਾਂ ਦੀ ਪੀਡੀਐਫ ਫਾਈਲਾਂ ਬਣਾਉਣੀਆਂ ਪੈਂਦੀਆਂ ਤਾਂ ਬਹੁਤ ਵੱਡੀ ਗਿਣਤੀ ਪੇਜ ਬਣ ਜਾਂਦੇ ਆ ਜਦੋਂ ਟਾਈਪ ਕਰਦੇ ਆ ਉਹਨਾਂ ਦਾ ਥੋੜਾ ਜਿਹਾ ਸ਼ੌਂ ਫੌਂਟ ਜਿਹੜਾ ਸ਼ਾਰਟ ਹੋ ਜਾਂਦਾ ਹੈ ਅੰਡਰਲਾਈਨ ਹੋ ਜਾਂਦੇ ਆ ਵੱਖ-ਵੱਖ ਕਲਰ ਭਰੇ ਜਾਂਦੇ ਆ ਜਿੱਥੇ ਕੋਈ ਅਕਿਰਤੀ ਬਣਾਉਣੀ ਆ ਉਹ ਬਣ ਜਾਂਦੀ ਆ ਸੋ ਟਾਈਪ ਕਰਨ ਦੇ ਨਾਲ ਸਾਡੀ ਮਿਹਨਤ ਤਾਂ ਮਤਲਬ 10 ਗੁਣਾ ਵਧ ਗਈ ਪਰ ਨੋਟਸ ਨੇ ਜਿਹੜੇ ਆਕਰਸ਼ਿਤ ਤੇ ਪ੍ਰਭਾਵਸ਼ਾਲੀ ਤੇ ਬਹੁਤ ਵਧੀਆ ਤਰੀਕੇ ਨਾਲ ਪੜੇ ਜਾਣ ਵਾਲੇ ਸੌਖੇ ਰੂਪ ਚ ਪੜੇ ਜਾਣ ਵਾਲੇ ਤਿਆਰ ਹੋ ਗਏ ਨੇ ਉਹ ਤੁਹਾਨੂੰ ਆਪਾਂ ਕੱਲ ਨੂੰ ਸੰਡੇ ਨੂੰ 23 ਜਨਵਰੀ ਨੂੰ ਅਨਾਉਂਸ ਕਰ ਦੇਵਾਂਗੇ ਸੋ ਕੱਲ ਨੂੰ ਸ਼ਾਮ ਤੱਕ ਨੋਟਸ ਤੁਹਾਨੂੰ ਪਤਾ ਲੱਗ ਜੂਗੀ ਕਿਵੇਂ ਮਿਲਣਗੇ ਸੋ ਆਪਾਂ ਅੱਜ ਦਾ ਸ਼ੁਰੂ ਕਰ ਲਈਏ 11 ਨੰਬਰ ਪ੍ਰਸ਼ਨ ਤੋਂ ਬਿੰਦੂਸਾਰ ਕਿਸ ਧਰਮ ਦਾ অনুਜਾਈ ਸੀ ਜੈਨ ਧਰਮ ਬੁੱਧ ਧਰਮ ਅਜੀਵ ਕਾ ਭਾਰਤੀ ਸੋ ਦੋਸਤੋ ਜਿਹੜਾ ਬਿੰਦੂਸਾਰ ਸੀਗਾ ਚੰਦਰਗੁਪਤ ਮੌਰੀਆ ਦੇ ਫਾਦਰ ਸਾਹਿਬ ਇਹ ਅਜੀਵਕ ਸੰਪਰਦਾਇ ਨੂੰ ਮੰਨਦੇ ਸੀ ਅਜੀਵਕ ਧਰਮ ਨੂੰ ਮੰਨਦੇ ਸੀ ਅਜੀਵਕ ਸੰਪਰਦਾਇ ਮੱਖੀ ਲਾਲ ਸੌਰੀ ਮੱਖੀ ਲਾਲ ਗੋਸਾਲ ਨਾਂ ਦਾ ਇੱਕ ਵਿਅਕਤੀ ਸੀਗਾ ਉਹਨੇ ਬਣਾਇਆ ਸੀ ਮੱਖੀ ਲਾਲ ਗੋਸਾਲ ਇਹ ਪੜ੍ਹ ਲਿਓ ਧਿਆਨ ਚ ਰੱਖਿਓ ਮੱਖੀ ਲਾਲ ਗੋਸਾਲ ਹੁਣ ਇਹ ਕੌਣ ਸੀ ਬੰਦਾ ਇੱਕ ਨਾ ਮੈਂ ਤੁਹਾਨੂੰ ਪਿੱਛੇ ਪੜਾਇਆ ਸੀਗਾ ਸ਼ਰਮਣ ਕੌਣ ਹੁੰਦੇ ਨੇ ਸ਼ਰਮਣ ਮਤਲਬ ਜਿਹੜੇ ਸ਼ਰਮਣ ਹੁੰਦੇ ਨੇ ਉਹ ਦੱਸਿਆ ਸੀ ਮੈਂ ਤੁਹਾਨੂੰ ਵੀ ਜਿਹੜੇ ਵੈਦ ਵਿਰੋਧੀ ਬ੍ਰਾਹਮਣ ਵਿਰੋਧੀ ਅਧਿਆਪਕ ਹੁੰਦੇ ਨੇ ਉਹਨਾਂ ਨੂੰ ਸ਼ਰਮਣ ਬੋਲਿਆ ਜਾਂਦਾ ਹੈ ਇਹ ਸ਼ਰਮਣ ਇਹ ਬੰਦਾ ਵੀ ਸ਼ਰਮਣ ਸੀਗਾ ਮਤਲਬ ਜਿਹੜਾ ਵੈਦ ਵਿਰੋਧੀ ਸੀ ਬ੍ਰਾਹਮਣ ਵਿਰੋਧੀ ਸੀਗੇ ਇਹ ਧਰਮ ਵਿਰੋਧੀ ਸੀਗੇ ਉਹਦੋਂ ਇਹਨਾਂ ਨੇ ਫਿਰ ਆਜੀਵਕ ਸੰਪਰਦਾਏ ਨੂੰ ਮਤਲਬ ਇਹਨੇ ਪੈਲ ਦਿੱਤੀ ਸੀ ਆਪ ਦਾ ਤਿਆਰ ਕੀਤਾ ਸੀ ਸੋ ਬਿੰਦੂਸਾਰ ਵੀ ਇਸੇ ਨੂੰ ਮੰਨਦਾ ਸੀਗਾ ਆਪਸ਼ਨ ਨੰਬਰ 3 ਸਹੀ ਹੈ ਦੇਖੋ ਜੈਨ ਧਰਮ ਨੂੰ ਮੰਨਦਾ ਸੀਗਾ ਮਤਲਬ ਮੌਰੀਆ ਚੰਦਰਗੁਪਤ ਮੌਰੀਆ ਹਨਾ ਬਿੰਦੂਸਾਰ ਆਜੀਵਕ ਨੂੰ ਹੋ ਗਿਆ ਤੇ ਜਿਹੜਾ ਅੱਗੇ ਅਸ਼ੋਕ ਪੜਾਂਗੇ ਉਹਦੇ ਬਾਰੇ ਚ ਆਪਾਂ ਉਹ ਤਾ ਬੁੱਧ ਧਰਮ ਨੂੰ ਮੰਨੂਗਾ ਅਸ਼ੋਕ ਸੋ ਆਪਸ਼ਨ ਨੰਬਰ 3 ਸਹੀ ਹੈ ਜੀ ਅੰਗੁਲਚ 12 ਨੰਬਰ ਪ੍ਰਸ਼ਨ ਹੈ ਅੱਜ ਦੇ ਲੈਕਚਰ ਦਾ ਦੋ ਨੰਬਰ ਪ੍ਰਸ਼ਨ ਹੈ ਵੈਸੇ ਪੁਰਾਣੇ ਲੈਕਚਰ ਨਾਲ ਜੋੜ ਲੀਏ ਇਹਨੂੰ ਕਿਉਂਕਿ ਲੈਕਚਰ ਨੰਬਰ 2 ਆ ਗਿਆ ਨਾ ਇਹ ਤਾਂ ਇਹਦਾ 12 ਨੰਬਰ ਹੋ ਗਿਆ ਪਹਿਲਾਂ ਆਪਾਂ 10 ਕਰੇ ਸੀਗੇ ਬਿੰਦੂਸਾਰ ਦੇ ਸਮੇਂ ਕਿਹੜੇ ਸਥਾਨ ਦੇ ਦੇ ਸਮੇਂ ਵਿਦਰੋਹ ਹੋਇਆ ਸੋ ਬਿੰਦੂਸਾਰ ਸੀ ਨਾ ਜਦੋਂ ਰਾਜਾ ਉਦੋਂ ਕਿਹੜੇ ਸਥਾਨ ਤੇ ਵਿਦਰੋਹ ਹੋ ਗਿਆ ਸੀ ਇਹਨਾਂ ਦੇ ਖਿਲਾਫ ਤਕਸ਼ਲਾ ਸਵਰਨਗਰੀ ਤੁਸਾਲੀ ਵਿਸ਼ਾਲੀ ਸੋ ਤਕਸ਼ਲਾ ਦੇ ਵਿੱਚ ਹੋਇਆ ਸੀ ਪਹਿਲਾ ਆਪਸ਼ਨ ਨੰਬਰ ਨੂੰ ਨੋਟ ਕਰ ਲਓ ਤਕਸ਼ਲਾ ਵਿਸ਼ਵ ਦੀ ਪਹਿਲੀ ਯੂਨੀਵਰਸਿਟੀ ਹੈ ਤਕਸ਼ਲਾ ਦੇ ਵਿੱਚ ਤਕਸ਼ਲਾ ਯੂਨੀਵਰਸਿਟੀ ਹੈ ਉਹਦਾ ਨਾਮ ਵਿਸ਼ਵ ਦੀ ਪਹਿਲੀ ਯੂਨੀਵਰਸਿਟੀ ਕਹਿ ਸਕਦੇ ਆ ਆਪਾਂ ਸੋ ਜਿਹੜਾ ਤਕਸ਼ਲਾ ਸੀ ਜਿਹੜੇ ਆਪਾਂ ਜਨਪਦ ਤੁਹਾਨੂੰ ਦੱਸੇ ਹੋਏ ਨੇ 16 ਜਨਪਦ ਮਗਧ ਜਨਪਦ ਬਾਰੇ ਪੜਾਇਆ ਸੀ ਤੁਹਾਨੂੰ ਦੇਖੋ ਇਹ ਗੰਧਾਰ ਜਨਪਦ ਦੀ ਰਾਜਧਾਨੀ ਰਿਹਾ ਹੋਇਆ ਹੈ ਤਕਸ਼ਲਾ ਸੋ ਬਿੰਦੂਸਾਰ ਦੇ ਸਮੇਂ ਇੱਥੇ ਬਗਰੋ ਹੋ ਗਿਆ ਸੀ ਇੱਥੇ ਉਦੋਂ ਜਿਹੜਾ ਗਵਰਨਰ ਸੀਗਾ ਜਦੋਂ ਬਗਰੋ ਹੋਇਆ ਸੂਸੀਮ ਸੀਗਾ ਸੂਸੀਮ ਇਦਾ ਬੇਟਾ ਸੀ ਸੂਸੀਮ ਤੇ ਫਿਰ ਇੱਥੇ ਇਹ ਤੋਂ ਵੀ ਇਹ ਵਿਦਰੋਹ ਦਾ ਬਿਆਨ ਇਹ ਹਾਰ ਮਤਲਬ ਅਸਾਫਲ ਰਿਹਾ ਬਿੰਦੂਸਾਰ ਤੋਂ ਵੀ ਇੱਥੇ ਵਿਦਰੋਹ ਦਾ ਬਿਆਨ ਹੀ ਲੋਕਾਂ ਨੇ ਬਧਰੋਹ ਕਰਤਾ ਸੀ ਫਿਰ ਨਾ ਅਸ਼ੋਕ ਨੇ ਇਹ ਵਿਦਰੋਹ ਨੂੰ ਦਬਾਇਆ ਸੀ ਅਸ਼ੋਕ ਉਸ ਸਮੇਂ ਉਜੈਨ ਦਾ ਗਵਰਨਰ ਹੁੰਦਾ ਸੀਗਾ ਮਤਲਬ ਬਿੰਦੂਸਾਰ ਦੇ 100 ਬੱਚੇ ਮੰਨੇ ਜਾਂਦੇ ਨੇ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਇਹ ਵੀ ਮੰਨਿਆ ਜਾਂਦਾ ਵੀ ਅਸ਼ੋਕ ਆਪ ਦੇ 99 ਭਰਾਵਾਂ ਨੂੰ ਮਾਰ ਕੇ ਰਾਜਾ ਬਣਿਆ ਸੀ ਪਰ ਸਾਰੇ ਗ੍ਰੰਥਾਂ 'ਚ ਇਹ ਗੱਲ ਸਹੀ ਨਹੀਂ ਹੈਗੀ ਕੁਝ ਗ੍ਰੰਥਾਂ ਦੇ ਵਿੱਚ ਨੋਟ ਕਰਾਇਆ ਗਿਆ ਵੀ ਉਹਦੇ ਬਹੁਤ ਭਰਾ ਮਤਲਬ ਜੀਵਤ ਸੀਗੇ ਤਾਂ ਅਸ਼ੋਕ ਦੀ ਪ੍ਰਸਿੱਧੀ ਵੀ ਇੰਨਾ ਗੱਲਾਂ ਕਰਕੇ ਸੀ ਵੀ ਜਦੋਂ ਸੁਸ਼ੀਮ ਵੀ ਬਹੁਤ ਕੈਂਟ ਬੰਦਾ ਸੀਗਾ ਇਹ ਦਾ ਪ੍ਰਾਸ ਸੀ ਅਸ਼ੋਕ ਦਾ ਇਹ ਤੋਂ ਵੀ ਇਹ ਤੱਕ ਸਲਾ ਦਾ ਮਤਲਬ ਜਿਹੜਾ ਹੈਗਾ ਬਦਰੋਹ ਹੈ ਲੋਕਾਂ ਦਾ ਉਹ ਦਵਾਇਆ ਨਹੀਂ ਗਿਆ ਬਿੰਦੂਸਾਰ ਤੋਂ ਵੀ ਨਹੀਂ ਦਵਾਇਆ ਗਿਆ ਤਾਂ ਅਸ਼ੋਕ ਜਿਹੜਾ ਉਜੈਨ ਦਾ ਗਵਰਨਰ ਸੀ ਉਹਨੇ ਆ ਕੇ ਇਹ ਬਦਰੋਹ ਨੂੰ ਦਵਾਇਆ ਤੁਸੀਂ ਇੱਥੋਂ ਗੱਲ ਨੂੰ ਥੋੜਾ ਜਿਹਾ ਲੇਟ ਰੱਖਿਓ ਤੇ ਵਿਸ਼ਵ ਦੀ ਯੂਨੀਵਰਸਿਟੀ ਸੀ ਤੱਕ ਸਲਾ ਆਪਸ਼ਨ ਨੰਬਰ 1 ਸਹੀ ਹੈ ਜੀ 13 ਨੰਬਰ ਪ੍ਰਸ਼ਨ ਪ੍ਰਿਆ ਦਰਸੀ ਅਤੇ ਵੇਦਰਾਮ ਪ੍ਰਿਆ ਕਿਸ ਮੌਰੀਆ ਸ਼ਾਸਕ ਨੂੰ ਕਿਹਾ ਜਾਂਦਾ ਹੈ ਸੋ ਮਤਲਬ ਦੋਸਤੋ ਇਹ ਅਸ਼ੋਕ ਦੇ ਨਾਮ ਸੀਗੇ অপশন নাম্বার 2 সহি হ 13 নাম্বার প্রশ্ন ਦੇ ਅਨੁਸਾਰ ਜਿਹੜਾ ਪ੍ਰਿਆਦਰਸੀ ਕਹ ਲੋ ਦੇਵਨਾਮ ਪ੍ਰਿਆ ਕਹ ਲੋ ਸੋ ਇਹ ਸਾਰੇ ਨਾਮ ਨਾ অশোক ਦੇ ਨਾਮ ਰੱਖੇ ਹੋਏ ਨੇ অশোক ਦੇ ਮੌਜਾ ਧਰਮ ਦੇ ਵਿੱਚ ਤੇ ਇਹ ਮਤਲਬ ਇਹਨਾਂ ਦੀ ਜਿਹੜੀ ਖੋਜ ਹੈਗੀ ਉਹ ਇੱਕ ਟਾਈਮ ਤੇ ਨਹੀਂ ਹੋਈ ਜਿਵੇਂ ਇਹ ਇਹਦੀ ਖੋਜ ਹੋਈ ਸੀ ਪ੍ਰਿਆਦਰਸੀ ਦੀ 1815 ਦੇ ਵਿੱਚ ਵੀ ਇਹ ਨਾਮ ਵੀ ਸੀਗਾ ਉਹਦਾ অশোক ਦਾ ਮਤਲਬ ਇਸ ਤਰ੍ਹਾਂ ਦੀ ਖੋਜ ਹੋਈ ਸੋ ਇਹ ਦਿਨ ਆ ਰਿਲੇਟ ਕਰ ਲਿਓ ਤੁਸੀਂ ਆਪਸ਼ਨ ਨੰਬਰ 2 ਸਹੀ ਹੈ ਜੀ 14 ਨੰਬਰ ਪ੍ਰਸ਼ਨ ਅਸ਼ੋਕ ਦੇ ਸਿਲਾ ਲੇਖਾਂ ਨੂੰ ਸਭ ਤੋਂ ਪਹਿਲਾਂ 1837 ਵਿੱਚ ਕਿਸ ਨੇ ਪੜਿਆ ਸੋ ਅਸ਼ੋਕ ਨੇ ਦੇਖੋ ਬਹੁਤ ਸਾਰੇ ਬਹੁਤ ਸਾਰੇ ਸਿਲਾ ਲੇਖ ਲਿਖੇ ਸੀ ਹਨਾ ਮਤਲਬ ਇੱਕ ਛਿੱਲ ਤੇ ਇੱਕ ਪੱਥਰ ਤੇ ਲਿਖ ਦੇਣਾ ਜਿਹੜਾ ਮਿੱਟਦਾ ਨਹੀਂ ਕਦੇ ਉਹ ਲਿਖੇ ਹੋਏ ਨੇ 1837 ਦੇ ਵਿੱਚ ਕਿਹਨੇ ਪੜਿਆ ਜੇਮਸ ਪ੍ਰਿੰਸਿਪ ਨੇ ਵਿਲੀਅਮ ਜੀਮਜ਼ ਨੇ ਟਿਫਨਥ ਹਿੱਲਰ ਨੇ ਜੇ ਐਸ ਮਿਲਨ ਨੇ ਸੋ ਦੇਖੋ 1837 ਦੇ ਵਿੱਚ ਜਿਹੜੇ ਉਹਦੇ ਸਿਲਾ ਲਿਖ ਸੀ ਸਭ ਤੋਂ ਪਹਿਲਾਂ ਉਹਨੂੰ ਪੜਿਆ ਸੀ ਜੇਮਸ ਪ੍ਰਿੰਸਪ ਨੇ ਤਿੰਨ ਪ੍ਰਸ਼ਨ ਕਾ ਹੋ ਗਏ ਪਹਿਲੀ ਗੱਲ ਤਾਂ ਅਸ਼ੋਕ ਦੀ ਸ਼ਿਲਾ ਲਿਖਾ ਨੂੰ ਸਭ ਤੋਂ ਪਹਿਲਾਂ ਕਿਹਨੇ ਪੜਿਆ ਜੇਮਸ ਪ੍ਰਿੰਸਪ ਨੇ ਕਦੋਂ ਪੜਿਆ 1837 ਦੇ ਵਿੱਚ ਦੋ ਪ੍ਰਸ਼ਨ ਤਾਂ ਇੱਥੋਂ ਕਲੀਅਰ ਹੋ ਗਏ ਫਿਰ ਜਿਹੜਾ ਇਹ ਵਿਲੀਅਮ ਜੇਮਜ਼ ਹੈ ਇਹ ਬੰਦਾ ਵੀ ਬਹੁਤ ਕੈਂਡ ਰਿਹਾਗਾ ਇਹਨੇ ਮਤਲਬ ਜਿਹੜੀ ਉਹ ਬਣਾਈ ਹੋਈ ਸੀ ਨਾ ਐਸਆਈ ਐਸਆਈ ਟਿਕ ਸੁਸਾਇਟੀ ਆਫ ਬੰਗਾਲ ਖੋਜ ਕਰਨ ਵਾਸਤੇ ਵੱਖ-ਵੱਖ ਖੋਜਾਂ ਨੂੰ ਖੋਜਣ ਵਾਸਤੇ ਹਨਾ ਉਹ ਇਹਨੇ ਬਣਾਈ ਹੋਈ ਸੀ ਵਿਲੀਅਮ ਜੇਮਜ਼ ਨੇ ਉਹਦੀ ਸਥਾਪਨਾ ਕੀਤੀ ਸੀ ਇਹਨੇ 1784 ਦੇ ਵਿੱਚ ਇਹਨੇ ਬਣਾਈ ਮਰੋ ਟਿਫਨਿਤ ਹਿਲ ਰਾ ਜਿਹੜਾ ਫਿਰ ਇਹ ਇਹ ਵੀ ਮਤਲਬ ਬੰਦਾ ਘੈਂਡ ਸੀਗਾ ਇਹ ਸਨੇ ਮਤਲਬ ਨਾ ਸਭ ਤੋਂ ਪਹਿਲਾਂ ਮਤਲਬ ਉਹਨੂੰ ਖੋਜਿਆ ਸੀਗਾ ਇਹਦੇ ਸਿਲਾ ਲੇਖ ਨੂੰ 1750 ਦੇ ਵਿੱਚ 1750 ਦੇ ਵਿੱਚ ਮਤਲਬ ਗੱਲ ਨੂੰ ਤੁਸੀਂ ਸਮਝ ਗਏ ਹੋਵੋਗੇ ਅਸ਼ੋਕ ਦੇ ਸਿਲਾ ਲੇਖ ਨੂੰ ਪੜਨਿਆ ਪੜਿਆ ਗਿਆ ਜੇ ਐਮ ਸੁਪਲੈਂਸ ਵੱਲੋਂ 1837 ਚ ਪਰ ਇਹ ਸਿਲਾ ਲੇਖਾ ਨੂੰ ਖੋਜ ਕੇ ਧਰਤਾ ਵੀ ਆ ਕੋਈ ਸਿਲਾ ਲੇਖ ਲਿਖੇ ਹੋਏ ਨਹੀਂ ਭਾਈ ਇਹ ਇਹਨਾਂ ਨੂੰ ਪੜੋ ਕੌਣ ਪੜੂਗਾ ਹਨਾ ਉਹ ਖੋਜਿਆ ਸੀ ਇਹਨੇ ਫਿਰ ਦੇਖੋ ਸਾਰਿਆਂ ਤੋਂ ਪਹਿਲਾਂ 1750 ਦੇ ਵਿੱਚ ਕਿਹਨੇ ਟੈਫਨਟ ਹੇਲਰ ਨੇ ਤੇ ਜਿਹੜਾ ਇਹ ਜੀਐਸ ਮਿਲ ਹੈ ਇਹ ਇਹ ਮਤਲਬ ਇਹਨੇ ਨਾ ਭਾਰਤੀ ਵੀ ਇਤਿਹਾਸ ਨੂੰ ਤਿੰਨ ਕਾਲਾਂ ਚ ਵੰਡਿਆ ਸੀ Hindu ਕਾਲ ਮੁਸਲਮਾਨ ਕਾਲ ਤੇ ਬ੍ਰਿਟਿਸ਼ ਕਾਲ ਦੀ ਬਹੁਤ ਮਹੱਤਵਪੂਰਨ ਪੁਸਤਕਾਈ ਹੋਈ ਹੈ ਇਸ ਵਿਸ਼ੇ ਤੇ ਸੋ ਪ੍ਰਸ਼ਨ ਦੇ ਅਨੁਸਾਰ ਦੇਖੋ ਪ੍ਰਸ਼ਨ ਦਾ ਮੇਨ ਆਪਸ਼ਨ ਤਾਂ ਵੀ ਰੱਖਿਓ ਧਿਆਨ ਤੁਸੀਂ ਆਪਸ਼ਨ ਨੰਬਰ 1 ਸਹੀ ਹੈ ਜੀ ਸੋ ਦੋਸਤੋ ਆਪਾਂ ਹੜੱਪਾ ਸਭਿਤਾ ਤੋਂ ਲੈ ਕੇ ਹੁਣ ਤੱਕ ਆਪਾਂ ਲੜੀवार ਡੇਟ ਵਾਈਜ਼ ਪੜਾ ਰਹੇ ਆ ਇਤਿਹਾਸ ਨੂੰ ਤੁਸੀਂ ਤੁਹਾਨੂੰ ਜੇਕਰ ਤੁਸੀਂ ਇਹ ਲੈਕਚਰਾਂ ਨੂੰ ਵਧੀਆ ਤਰੀਕੇ ਨਾਲ ਫੋਲੋ ਕਰ ਲੈਨੇ ਹੋ ਨਾ ਤੁਸੀਂ ਮਤਲਬ ਜੁੜ ਜੋਗੇ ਇਤਿਹਾਸ ਕਿਵੇਂ ਤੁਹਾਡੀਆਂ ਅੱਖਾਂ ਦੇ ਮੂਰੇ ਘੁੰਮਦਾ ਜਾਊਗਾ ਜਿਵੇਂ ਕੋਈ ਫਿਲਮ ਲੱਗਦੀ ਹੁੰਦੀ ਹੈ ਨਾ ਇਸ ਤਰ੍ਹਾਂ ਲੱਗਦਾ ਜਾਊਗਾ ਤੁਹਾਨੂੰ ਲੜੀਵਾਰ ਲੈਕਚਰ ਸੁਣਨੇ ਪੈਣਗੇ ਤੁਹਾਨੂੰ ਆਪਣੇ ਨੋਟਸ ਵੀ ਪੜ੍ਹਨੇ ਪੈਣਗੇ ਦੋਨੇ ਚੀਜ਼ਾਂ ਦਾ ਕੰਬੀਨੇਸ਼ਨ ਬਣਾ ਕੇ ਚੱਲਣਾ ਪਊਗਾ ਕਿਉਂਕਿ ਜਿਵੇਂ ਹੁਣ ਆਪਾਂ ਸ਼ੋਕ ਨੂੰ ਪੜਾ ਰਹੇ ਹਾਂ ਮੌਰੀਆ ਕਾਲ ਨੂੰ ਪੜਾ ਰਹੇ ਹਾਂ ਇਹ ਚੋ ਬਹੁਤ ਸਾਰੀਆਂ ਗੱਲਾਂ ਰਹਿ ਜਾਣੀਆਂ ਜਿਹੜੀਆਂ ਪ੍ਰਸ਼ਨਾਂ ਚ ਨਹੀਂ ਆਉਂਦੀਆਂ ਫਿਰ ਉਹ ਤੁਹਾਨੂੰ ਨੋਟਸਾਂ ਚ ਕਵਰ ਕਰਨੀਆਂ ਪੈਣਗੀਆਂ ਸੋ ਜਿਹੜੇ ਮੇਨ ਮੇਨ ਪੁਆਇੰਟ ਨੇ ਆਪਾਂ ਉਹ ਹਰ ਇੱਕ ਲੈਕਚਰ ਦੇ ਵਿੱਚ ਹਰ ਇੱਕ ਟੌਪਿਕ ਵਾਈਜ਼ ਨੋਟਸਾਂ ਦੇ ਵਿੱਚੋਂ ਕੜ-ਕੜ ਕੇ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਥੋੜਾ ਜਿਹਾ ਆਪਣਾ ਇਹ ਮਤਲਬ ਲੈਕਚਰਾਂ ਦੀ ਸਪੀਡ ਵੀ ਥੋੜੀ ਜਿਹੀ ਘਟੇ ਇਸ ਕਰਕੇ ਆ ਵੀ ਆਪਾਂ ਨੋਟਸ ਪਹਿਲਾਂ ਤੁਹਾਡੇ ਹੱਥ ਚ ਦੇਣਾ ਚਾਹੁੰਦੇ ਸੀਗੇ ਸੋ ਉਹ ਤੁਹਾਨੂੰ ਕੱਲ ਨੂੰ ਮਿਲ ਜਾਣਗੇ ਇੱਕ ਵਾਰੀ ਸਿਹਤ ਜਿਆਦਾ ਠੀਕ ਨਹੀਂ ਸੀਗੀ ਜਾਦੇ ਪੰਜ ਸੱਤ ਦਿਨ ਤਾਂ ਬਹੁਤ ਜ਼ਿਆਦਾ ਹਾਲਤ ਮਾੜੀ ਸੀ ਅੱਜ ਠੀਕ ਆ ਸੋ ਹੁਣ ਆਪਾਂ ਕੰਟੀਨਿਊਸ ਕਰ ਦਾਂਗੇ ਮੰਡੇ ਤੋਂ ਸਾਰੇ ਲੈਕਚਰ 15 ਨੰਬਰ ਦੋਸਤੋ ਅਸ਼ੋਕ ਦੇ ਕਲਿੰਗ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਆ ਅਸ਼ੋਕ ਨੇ ਕਲਿੰਗ ਨੂੰ ਜਿੱਤਿਆ ਸੀ ਸਭ ਤੋਂ ਵੱਡੀ ਗੱਲ ਅਸ਼ੋਕ ਦੇ ਜੀਵਨ ਚ ਇਹ ਰਹੀ ਹੋਈ ਆ ਜਿਹਦੀ ਚਰਚਾ ਰਹੀ ਆ ਸੋ ਨੇ ਕਦੋਂ ਜਿੱਤਿਆ 261 273 276 265 ਈਸਾ ਪੂਰਵ ਯਾਦ ਰੱਖਿਓ ਕਈ ਵਾਰ ਇਸ ਵੀ ਲਿਖਿਆ ਹੁੰਦਾ ਕਿਤੇ ਹੈਨਾ ਡੇਢ ਸਹੀ ਪਾਈ ਹੁੰਦੀ ਆ ਮੰਗਰੀਸ ਵੀ ਲਿਖਿਆ ਹੁੰਦਾ ਉਹ ਗਲਤ ਹੋ ਜਾਂਦਾ ਈਸਾ ਪੂਰਵ ਯਾਦ ਰੱਖਿਓ 261 ਦੇ ਵਿੱਚ ਜਿੱਤਿਆ ਸੀ ਆਪਸ਼ਨ ਨੰਬਰ ਇੱਕ ਸਹੀ ਹੈ 15 ਨੰਬਰ ਪ੍ਰਸ਼ਨ ਦੇ ਅਨੁਸਾਰ ਇਹਦੇ ਵਿੱਚ 1 ਲੱਖ ਲੋਕ ਨਾ ਮਾਰੇ ਗਏ ਸੀ 1 ਲੱਖ ਲੋਕ ਸੁਣਿਆ ਜਾਂਦਾ ਵੀ 1 ਲੱਖ ਲੋਕ ਮਾਰੇ ਗਏ 1.5 ਲੱਖ ਲੋਕ ਜ਼ਖਮੀ ਹੋ ਗਏ ਸੀ ਇਹਦੇ ਵਿੱਚ ਤੇ ਇਹ ਜਦੋਂ ਮਤਲਬ ਜੁੱਧ ਹੋ ਚੁੱਕਿਆ ਸੀ ਜੁੱਧ ਤੋਂ ਬਾਅਦ ਜਦੋਂ ਅਸ਼ੋਕ ਨੇ ਨਿਗਾ ਮਾਰੀ ਨਾ ਉਹਨੂੰ ਮਤਲਬ ਸਾਰਾ ਧਰਤੀ ਨਾ ਖੂਨ ਨਾਲ ਲਤਫਤ ਦਿਖਾਈ ਦਿੱਤੀ ਲਾਸ਼ਾਂ ਲਾਸਾਂ ਦਿਖਾਈ ਦਿੱਤੀਆਂ ਉਹਨੂੰ ਇਹ ਲੱਗਿਆ ਵੀ ਮੈਂ ਇਹ ਦੁਨੀਆ ਤੇ ਕਹਾਣ ਕਰਤਾ ਵੀ ਐਡੀ ਵੱਡੀ جنگ ਐਨਾ ਲੋਕਾਂ ਦਾ ਖੂਨ ਬਹਾਇਆ ਤਾਂ ਫਿਰ ਉਹਨੇ ਨਾ ਜੰਗਾਂ ਲੜਨ ਦੀਆਂ ਛੱਡ ਦਿੱਤੀਆਂ ਸੀਗੀਆਂ ਤਲਵਾਰ ਛੁੱਟਤੀ ਸੀ ਉਹਨੇ ਫਿਰ ਫਿਰ ਇੱਕ ਉਪਗੁਪਤ ਨਾਂ ਦਾ ਬੋਧੀ ਵਿਖਸੂ ਸੀਗਾ ਬੁੱਧ ਧਰਮ ਨੂੰ ਮੰਨਣ ਵਾਲਾ ਉਹਦੀ ਸਹਾਇਤਾ ਦੇ ਨਾਲ ਉਹ ਤੋਂ ਮਤਲਬ ਉਪਦੇਸ਼ ਲੈ ਕੇ ਨੇ ਬੁੱਧ ਧਰਮ ਅਪਣਾ ਲਿਆ ਸੀ ਅਸ਼ੋਕ ਨੇ ਸੋ ਇਹ ਬੜੀਆਂ ਇੰਟਰਸਟਿੰਗ ਸਟੋਰੀਆਂ ਨੇ ਬੰਦੇਆਂ ਦੀਆਂ ਦੇਖੋ ਹਣਾ ਪਹਿਲਾ ਸਭ ਤੋਂ ਮਹਾਨ ਰਾਜਾ ਰਿਹਾ ਲੜਾਈਆਂ ਲੜਨ ਵਾਲਾ ਇੰਨੀਆਂ ਲੜਾਈਆਂ ਜਿੱਤੀਆਂ ਇਹਨੇ ਮਤਲਬ ਹੈਰਾਨੀ ਜਾਣਕਾ ਫਿਰ ਇੱਕੋ ਲੱਗ ਤੈਨੇ ਲੜਾਈ ਕਰਨੀ ਛੱਡਤੀ ਤਲਵਾਰ ਹੀ ਸਿੱਟਤੀ ਸੀ ਸੋ ਆਪਸ਼ਨ ਨੰਬਰ 1 ਸਹੀ ਹੈ ਜੀ 16 ਨੰਬਰ ਪ੍ਰਸ਼ਨ ਸਾਰ ਵਿਰਧੀ ਦਾ ਅਵਲੇਖ ਅਸ਼ੋਕ ਦੇ ਕਿਸ ਸਿਲਾ ਲੇਖ ਵਿੱਚ ਮਿਲਦਾ ਹੈ ਪਹਿਲੇ ਸਿਲਾ ਲੇਖ ਵਿੱਚ ਸੋ ਇਹਦੇ ਕਿੰਨੀ ਸਿਲਾ ਲੇਖ ਸੀ ਹਨ ਜਿਹੜਾ ਸਾਰ ਵਿਰਧੀ ਦਾ ਵਲੇਖ ਹੈ ਉਹ ਅਵਿਲੇਖ ਮਤਲਬ ਕੁਝ ਲਿਖਿਆ ਹੋਇਆ ਹੈ ਲੇਖ ਕਹਿ ਲੋ ਪੰਜਵੇਂ ਵਾਰਵੇਂ ਜਾਂ 13ਵੇਂ ਪਹਿਲੇ ਪੰਜਵੇਂ ਬਾਰਵੇਂ ਜਾਂ 13ਵੇਂ ਕਿਹੜੇ ਚਾਹੁੰਦਾ ਹੈ 16 ਨੰਬਰ ਪ੍ਰਸ਼ਨ ਦੇ ਅਨੁਸਾਰ ਆਪਸ਼ਨ ਨੰਬਰ 3 ਸਹੀ ਹੈ 12ਵੇਂ ਦੇ ਵਿੱਚ ਲਿਖਿਆ ਹੈ ਜਿਹੜਾ 12ਵਾਂ ਸਿਲਾ ਲੇਖ ਹੈ ਸਾਰ ਵਿਰਧੀ ਦਾ ਵਲੇਖ ਲਿਖਿਆ ਹੈ ਹੁਣ ਗੱਲ ਆ ਇਹ ਬਣਦੀ ਹੈ ਵੀ ਸਾਰ ਵਿਰਧੀ ਕੀ ਹੁੰਦਾ ਸਾਰਵ੍ਰਿਧੀ ਦਾ ਮਤਲਬ ਹੁੰਦਾ ਵੀ ਦੂਸਰੇ ਧਰਮਾਂ ਨੂੰ ਮਾਨਤਾ ਦੇਣੀ ਦੂਸਰੇ ਧਰਮਾਂ ਦੀ ਵੀ ਇੱਜ਼ਤ ਕਰਨੀ ਦੂਸਰੇ ਧਰਮਾਂ ਨੂੰ ਵੀ ਵਡਾਵਾ ਦੇਣਾ ਇਹ ਨਹੀਂ ਵੀ ਆਪਦੇ ਧਰਮ ਨੂੰ ਹੀ ਕਿਉਂਕਿ ਅਸ਼ੋਕ ਦੇਖੋ ਉਹਧਰੂ ਮੰਨਦਾ ਸੀ ਬੁੱਧ ਧਰਮ ਨੂੰ ਮੰਨਦਾ ਸੀ ਪਰ ਉਹਨੇ ਆਪ ਬੁੱਧ ਧਰਮ ਨੂੰ ਮੰਨਦਾ ਸੀ ਜੇਕਰ ਹੋਰ ਧਰਮ ਸੀ ਜੈਨ ਧਰਮ ਸੀ ਹਨਾ ਅਜੀਬ ਕਾਦਾ ਚੱਲੀ ਜਾਂਦਾ ਸੀਗਾ ਹੋਰ ਸੀ ਕਿੰਨੇ ਉਹਨਾਂ ਨੂੰ ਇਹਨੇ ਮਤਲਬ ਬੰਦ ਨਹੀਂ ਕੀਤਾ ਉਹਨਾਂ ਦੇ ਵਿਰੋਧ ਨਹੀਂ ਕੀਤਾ ਉਹਨਾਂ ਦਾ ਵੀ ਮਤਲਬ ਵਡਾਵਾ ਦਿੱਤਾ ਉਹਨਾਂ ਨੂੰ ਵੀ ਭਾਈ ਤੁਹਾਡਾ ਵੀ ਠੀਕ ਹੈ ਹਨਾ ਸੋ ਇਹ ਅਨੁਸਾਰ ਵਰਧੀ ਕਹਿੰਦੇ ਆ ਇਹ 12ਵੇਂ ਅਵਿਲੇਖ ਦੇ ਵਿੱਚ ਉਹਨੇ ਗੱਲ ਲਿਖੀ ਹੋਈ ਹੈ ਤਾਂ ਆਪਾਂ ਨੂੰ ਪਤਾ ਲੱਗਿਆ ਸੋ ਅਗਲੀ ਗੱਲ ਕਰੀਏ ਵੀ ਜਿਹੜਾ ਸੀਗਾ ਪਹਿਲਾ ਸੀ ਉਹਦੇ ਵਿੱਚ ਇਹਨੇ ਪਾਰ ਉਹਦੇ ਵਿੱਚ ਪਹਿਲਾ ਅਵਿਲੇਖ ਹੈ ਨਾ ਜਿਹੜਾ ਸਿਲਾ ਲਿਖਾ ਆ ਇਹ ਇਹਦੇ ਵਿੱਚ ਇਹਨੇ ਪਾਰਟੀਆਂ ਤੇ ਰੋਕ ਲਾਈ ਹੋਈ ਹੈ ਜਿਹੜੇ ਪਾਰਟੀਆਂ ਕਰਦੇ ਨਾ ਲੋਕ ਜਸ਼ਨ ਮਨਾਉਂਦੇ ਸੀਗੇ ਉਹਨੇ ਰੋਕ ਲਾਤੀ ਸੀ ਇਹ ਕਹਿੰਦਾ ਵੀ ਇਹਦੇ ਨਾਲ ਨਾ ਮਤਲਬ ਹੱਤਿਆਵਾਲੀ ਕਰਦੇ ਲੋਕ ਜਾਨਵਰਾਂ ਦੀ ਮੀਟ ਖਾਂਦੇ ਆ ਸ਼ਰਾਬਾਂ ਪੀਂਦੇ ਆ ਜਸ਼ਨ ਮਨਾਉਂਦੇ ਆ ਇਹਨੇ ਰੋਕ ਲਾਤੀ ਸੀਗੀ ਸੋ ਅਗਲੀ ਗੱਲ ਕਰੀਏ ਆਪਾਂ ਮਤਲਬ ਪਹਿਲੇ ਦੇ ਵਿੱਚ ਹੋ ਗਿਆ ਪੰਜਵੇਂ ਦੇ ਵਿੱਚ ਅਸ਼ੋਕ ਦੇ ਨਾ ਜੀਵਤ ਭਰਾਵਾਂ ਦਾ ਵਰਨਨ ਮਿਲਦਾ ਦੋਸਤੋ ਇਹ ਨੋਟ ਰੱਖਿਓ ਜਿਹੜਾ ਪੰਜਵਾਂਗਾ ਕਈ ਅਵਲੇ ਕਈ ਮਤਲਬ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆਗਾ ਵੀ ਅਸ਼ੋਕ ਸੋ ਭਰਾਵਾਂ ਦੇ ਵਿੱਚੋਂ ਨੜਨ ਸੌਰੀ ਸੌਰੀ ਨੜਨ ਨੂੰ ਮਾਰ ਕੇ ਪਰ ਮਤਲਬ ਰਾਜਾ ਬਣਿਆ ਪਰ ਜਿਹੜਾ ਪੰਜਵਾਂ ਵੀ ਲੇਖ ਆ ਜਿਹੜਾ ਅਸ਼ੋਕ ਨੇ ਲਿਖਿਆ ਹੋਇਆ ਸਿਲਾ ਲੇਖ ਆ ਉਹਦੇ ਵਿੱਚ ਵੇਰਵਾ ਆਉਂਦਾ ਵੀ ਇਹਦੇ ਬਹੁਤ ਭਰਾ ਜੀਵਤ ਸੀਗੇ ਜੀ ਇਹ ਗੱਲਾਂ ਦਾ ਮਰਣਾ ਜਿਹੜਾ ਮਤਲਬ ਹੈ 13ਵੇਂ ਦੋਸਤੋ ਇਹ ਮੀਨ ਹੈ ਇਹਦੇ ਵਿੱਚ ਕਲਿੰਗ ਜੁੱਧ ਦਾ ਵਰਨਨ ਹੈ ਕਲਿੰਗ ਜੁੱਧ ਦੀ ਸਾਰੀ ਸਟੋਰੀ ਹੈ ਇਹਦੇ ਵਿੱਚ ਸੋ ਆਪਾਂ ਸਾਰੀ ਗੱਲ ਤੁਹਾਨੂੰ ਸਮਝਾਉਣ 'ਚ ਕਾਮਯਾਬ ਹੋ ਗਏ ਆ ਸ਼ਾਇਦ ਸੋ 12ਵੇਂ ਦੇ ਵਿੱਚ ਸਾਰ ਵਿਧੀ ਦਾ ਉਲੇਖ ਸੀ অপਸ਼ਨ ਨੰਬਰ 3 ਸਹੀ ਆ ਸੋ ਥੋੜਾ ਜਿਹਾ ਟਾਈਮ ਲੱਗ ਜਾਂਦਾ ਪਰ ਇੱਕ ਪ੍ਰਸ਼ਨ ਦੇ ਵਿੱਚੋਂ 10-10 ਪ੍ਰਸ਼ਨ ਕਵਰ ਹੋ ਜਾਂਦੇ ਆ ਧਿਆਨ ਨਾਲ ਸੁਨਿਆ ਕਰੋ 17 ਨੰਬਰ ਪ੍ਰਸ਼ਨ ਤੇ ਆ ਗਏ ਆ ਅਸ਼ੋਕ ਕਿਹੜੇ ਪਿਕਸੂ ਤੋਂ ਪ੍ਰਭਾਵਿਤ ਹੋ ਕੇ ਬੁੱਧ ਧਰਮ ਵਿੱਚ ਸ਼ਾਮਲ ਹੋਇਆ ਆਪਾਂ ਤੁਹਾਨੂੰ ਦੱਸਤਾ ਉਪਗੋਤ ਉਪਗੋਤ ਨੇ ਮਤਲਬ ਇਹ ਬੁੱਧ ਧਰਮ ਦਾ ਅਨੁਜਾਈ ਸੀ ਉਪਗੋਤ ਇਹਦੇ ਮਤਲਬ ਕਲਾਸ ਲਈ ਅਸ਼ੋਕ ਦੀ ਤੇ ਅਸ਼ੋਕ ਇਹ ਤੋਂ ਪ੍ਰਭਾਵਿਤ ਹੋ ਕੇ ਨੇ ਬੁੱਧ ਧਰਮ ਅਪਣਾ ਲਿਆ ਸੀਗਾ ਤਾਂ ਬੁੱਧ ਧਰਮ ਦਾ ਇਹ ਇੰਨਾ ਵੱਡਾ ਪ੍ਰਚਾਰ ਕਰਿਆ ਖਾਸ ਕਰਕੇ Sri Lanka ਦੇ ਵਿੱਚ ਮਤਲਬ ਬੁੱਧ ਧਰਮ ਨੂੰ ਫਲਾਉਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈਗੀ ਆ ਭੂਮਿਕਾ ਅਸ਼ੋਕ ਦੀ ਜ਼ਿਆਦਾ ਮੰਨੀ ਜਾਂਦੀ ਹੈਗੀ ਅ ਜਿਹੜਾ ਅ ਸਬਕੋਸ਼ ਹੈਗਾ ਅ ਸਬਕੋਸ਼ ਨਾ ਸੀਗਾ ਜਿਹੜਾ ਇਹ ਮਤਲਬ ਚੌਥੀ ਬੋਧੀ ਸਭਾ ਹੋਈ ਸੀ ਜਿਹੜੀ ਉਹਦਾ ਇਹ ਉਪ ਪ੍ਰਧਾਨ ਸੀ ਉਪ ਪ੍ਰਧਾਨ ਅਸ਼ੋਕ ਦੇ ਸਮੇਂ ਹੋਈ ਸੀ ਨਾ ਚੌਥੀ ਬੋਧੀ ਸਭਾ ਆ ਵਿਸ਼ੂ ਮਿੱਤਰੇ ਦਾ ਆ ਗਿਆ ਪ੍ਰਧਾਨ ਸੀ ਸੋ ਦੋਨੇ ਆ ਗਏ ਇੱਥੇ ਮੇਨ ਪ੍ਰਧਾਨ ਵਿਸ਼ੂ ਮਿੱਤਰ ਸੀਗਾ ਜਿਹੜਾ ਉਪ ਪ੍ਰਧਾਨ ਸੀ ਉਹ ਆਸ਼ਵ ਕੋਸ਼ ਸੀਗਾ ਹੁਣ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਸੀ ਦੋਨਾਂ ਦੀਆਂ ਮੈਂ ਦੱਸਦਾ ਜਿਹੜੀ ਲਿਖੀ ਸੀਗੀ ਆਸ਼ਵ ਕੋਸ਼ ਨੇ ਲਿਖੀ ਸੀ ਉਹ ਲਿਖੀ ਸੀ ਬੁੱਧ ਚਰਿੱਤ ਬੁੱਧ ਚਰਿੱਤਰ ਵੀ ਕਹੇ ਜਾਂਦੇ ਨੇ ਬੁੱਧ ਚਰਿੱਤ ਵੀ ਕਹੇ ਜਾਂਦੇ ਨੇ ਜਿਹੜੀ ਵਿਸ਼ੂ ਮਿੱਤਰ ਨੇ ਲਿਖੀ ਸੀ ਉਹ ਲਿਖੀ ਸੀ ਮਹਾ ਵਿਪਾਸ਼ ਮਹਾ ਵਿਪਾਸ਼ ਯਾਦ ਰੱਖਿਓ ਹਿਉਣ ਸੰਗ ਬਾਰੇ ਅੱਗੇ ਪੜਾਵਾਂਗੇ ਬਹੁਤ ਕੈਂਟ ਕਰੈਕਟਰ ਹੈਗਾ ਸੋ ਆਪਸ਼ਨ ਨੰਬਰ 1 ਸਹੀ ਸੀ ਪ੍ਰਸ਼ਨ ਦੇ ਅਨੁਸਾਰ 18 ਨੰਬਰ ਪ੍ਰਸ਼ਨ ਤੇ ਆਗੇ ਇਠਾਂ ਦਿੱਤਿਆਂ ਵਿੱਚੋਂ ਅਸ਼ੋਕ ਦਾ ਕਿਹੜਾ ਵੀ ਲੇਖ ਖਰੋਸ਼ਟੀ ਲਿਪੀ ਵਿੱਚ ਹੈ ਪਹਿਲੀ ਗੱਲ ਤਾਂ ਖਰੋਸ਼ਟੀ ਲਿਪੀ ਕੀ ਹੁੰਦੀ ਹੈ ਇਹ ਹੁੰਦੀ ਹੈ ਜੀ ਸੱਜੇ ਤੋਂ ਖੱਬੇ ਨੂੰ ਜਾਣਾ ਇੱਧਰ ਨੂੰ ਸੱਜੇ ਤੋਂ ਖੱਬੇ ਨੂੰ ਲਿਖਣਾ ਆਪਾਂ ਕੀ ਲਿਖਦੇ ਆ ਹੁਣ ਮੰਨ ਲਓ ਹਨ ਆਪਾਂ ਖੱਬੇ ਤੋਂ ਐ ਨੂੰ ਲਿਖਦੇ ਆ ਜਿਵੇਂ ਆ ਪ੍ਰਸ਼ਨ ਲਿਖਿਆ ਪਿਆ ਖਰੋਸਟੀ ਦਾ ਮਤਲਬ ਹੁੰਦਾ ਇਧਰੋਂ ਐ ਲਿਖਣਾ ਉਰਦੂ ਵਾਂਗੂ ਜਿਵੇਂ ਉਰਦੂ ਵਾਲੇ ਲਿਖਦੇ ਆ ਇਹ ਮਤਲਬ ਪਾਕਿਸਤਾਨ ਦੇ ਵਿੱਚ ਹੀ ਮਿਲਦੀ ਆ ਪਰ ਨੂੰ ਜ਼ਿਆਦਾਤਰ ਖਰੋਸਟੀ ਲਿਪੀ ਆਪਣੇ ਵਾਲੇ ਪਾਸੇ ਜਿਹੜੇ ਭਾਰਤ ਦੇ ਵਿੱਚ ਲਿਪੀ ਦੇ ਵਿੱਚ ਜਿਹੜੇ ਸਿਲਾ ਲੇਖ ਮਿਲੇ ਨੇ ਉਹ ਬ੍ਰਾਹਮੀ ਲਿਪੀ ਦੇ ਵਿੱਚ ਮਿਲੇ ਨੇ ਹੁਣ ਇਹ ਕਿਹੜ ਇਹ ਮਤਲਬ ਪ੍ਰਸ਼ਨ ਪੁੱਛਿਆ ਗਿਆ ਹੈ ਠਾ ਦਿੱਤੇ ਵਿੱਚ ਅਸ਼ੋਕ ਦਾ ਕਿਹੜਾ ਵੀ ਲੇਖ ਖਰੋਸਤੀ ਲਿਪੀ ਵਿੱਚ ਮਿਲਿਆ ਸਾਵਾਜ਼ ਗੜੀ ਆਪਸ਼ਨ ਨੰਬਰ 3 ਸਹੀ ਹੈ ਸਾਵਾਜ਼ ਗੜੀ ਇਹ ਵੀ ਲੇਖ ਹੈ ਜਿਹੜਾ ਖਰੋਸਤੀ ਲਿਪੀ ਦੇ ਵਿੱਚ ਹੈ ਜੀ ਆਪਸ਼ਨ ਨੰਬਰ 3 ਸਹੀ ਹੈ ਜੀ 19 ਨੰਬਰ ਪ੍ਰਸ਼ਨ ਆ ਗਿਆ ਕਿਹੜੀ ਲੜਾਈ ਤੋਂ ਬਾਅਦ ਅਸ਼ੋਕ ਨੇ ਦਿਗ ਵਿਜੇ ਦੀ ਥਾਂ ਧਰਮ ਵਿਜੇ ਸਿਧਾਂਤ ਅਪਣਾਇਆ ਇਹ ਤੁਸੀਂ ਸਮਝ ਗਏ ਹੋਵੋਗੇ ਕਲਿੰਗ ਮਤਲਬ ਦਿੱਗ ਵਿਜੇ ਦੀ ਥਾਂ ਤੇ ਧਰਮ ਵਿਜੇ ਅਪਣਾਇਆ ਕਲਿੰਗ ਦਾ ਮਤਲਬ ਜੋਧੀ ਐ ਨਾ ਪੜਾ ਸੀ 261 ਹਿਸਾ ਪੂਰੋ ਦੇ ਵਿੱਚ ਵੱਡੀ ਲੜਾਈ ਸੀ ਜਿਆਦਾ ਲੋਕਾਂ ਦਾ ਮਤਲਬ ਨੁਕਸਾਨ ਹੋਇਆ ਸੀਗਾ ਇਹ ਤੁਸੀਂ ਸਮਝ ਗਏ ਸਾਰੇ ਆਪਸ਼ਨ ਨੰਬਰ 4 ਸਹੀ ਹੈ ਜੀ 20 ਨੰਬਰ ਪ੍ਰਸ਼ਨ ਮੌਰੀਆ ਕਾਲ ਵਿੱਚ ਪ੍ਰਚਲਿਤ ਤਾਂਬੇ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਜਦੋਂ ਮੌਰੀਆ ਕਾਲ ਸੀ ਜਿਹੜੇ ਉਹਦੇ ਵਿੱਚ ਤਾਂਬੇ ਦੇ ਸਿੱਕੇ ਸੀਗੇ ਜਿਵੇਂ ਹੁਣ ਆਪਣੇ ਵੀ ਸਿੱਕੇ ਚੱਲਦੇ ਨੇ ਦੇਖੋ ਉਦੋਂ ਉਹਨਾਂ ਨੂੰ ਕੀ ਕਹਿ ਕੇ ਬੋਲਿਆ ਜਾਂਦਾ ਸੀ ਪਣ ਮਾਸਕ ਸਵਰਨ ਰੁਪਈਆ ਸੋ ਆਪਸ਼ਨ ਨੰਬਰ 2 ਸਹੀ ਹੈ ਮਾਸਕ ਕਿਹਾ ਜਾਂਦਾ ਸੀ ਮਾਸਕ ਮੌਰੀਆ ਕਾਲ ਦਾ ਆਖਰੀ ਸਮਰਾਟ ਕੌਣ ਸੀ ਅਸ਼ੋਕ ਜਲੌਕ ਕਨਾਲ ਬ੍ਰਹਦਰਥ ਸੋ ਮੌਰੀਆ ਕਾਲ ਦਾ ਆਖਰੀ ਸਮਰਾਟ ਸੀ ਬ੍ਰਹਦਰਥ ਆਪਸ਼ਨ ਨੰਬਰ 4 ਸਹੀ ਹੈ ਜੀ 22 ਨੰਬਰ ਪ੍ਰਸ਼ਨ ਦੋਸਤੋ ਮੌਰੀਆ ਵੰਸ਼ ਦਾ ਅੰਤ ਕਿਸ ਨੇ ਕੀਤਾ ਸੁੰਗ ਸਾਮਰਾਜ ਨੇ ਹੂਣਾ ਨੇ ਗੁਪਤ ਸਾਮਰਾਜ ਨੇ ਮੰਗੋਲਾ ਨੇ ਸੋ ਦੋਸਤੋ ਅੱਜ ਆਪ ਮੌਰੀਆ ਸਾਮਰਾਜ ਇੱਥੇ ਖਤਮ ਕਰਤਾ 22 ਨੰਬਰ ਪ੍ਰਸ਼ਨਾਂ ਦੇ ਵਿੱਚ ਇਹਦਾ ਆਪਾਂ ਉੱਤਰ ਦੱਸ ਦਿਆਂ ਤੁਹਾਨੂੰ ਇੱਕ ਸਕਿੰਟ ਦੇ ਵਿੱਚ ਤੇ ਆਪਾਂ ਇਸੇ ਤਰ੍ਹਾਂ ਲੜੀ ਵਾਈਜ਼ ਨਾ ਸਾਰੇ ਟੌਪਿਕ ਤੋਂ ਡੇਲੀ ਮਤਲਬ ਲੈ ਕੇ ਆਵਾਂਗੇ ਅ ਸੰ ਮੰਡੇ ਤੋਂ ਆਪਾਂ ਕੰਟੀਨਿਊਸ ਕਰ ਦਾਂਗੇ ਸੇ ਤਾਂ ਠੀਕ ਰਹੇ ਆਪਣੀ ਕੰਟੀਨਿਊਸ ਕਰ ਦਾਂਗੇ ਲੈਕਚਰ ਕਿਉਂਕਿ ਨੋਟਸ ਤੁਹਾਡੇ ਹੱਥਾਂ 'ਚ ਪਹੁੰਚ ਜਾਣਗੇ ਨੋਟਸ ਜ਼ਰੂਰ ਲਿਓ ਇਹ ਤੁਸੀਂ ਮਤਲਬ ਮਾਸਟਰ ਕੈਡਰ ਦੇ ਵਿੱਚ ਅ ਐਸਐਸਟੀ ਵਿਸ਼ੇ ਨਾਲ ਸੰਬੰਧਿਤ ਟੀਚਰ ਜੁਆਇਨ ਕਰੋ ਇਸ ਕਾਮਣਾ ਦੇ ਤਹਿਤ ਏਸੇ ਚੀਜ਼ ਨੂੰ ਸੋਚ ਕੇ ਆਪਾਂ ਨੋਟਸ ਤਿਆਰ ਕੀਤੇ ਹੋਏ ਨੇ ਤੇ ਜੇਕਰ ਤੁਸੀਂ ਨੋਟਸ ਆਪਣੇ ਲੈ ਹੋਏ ਪੜੋਗੇ ਨਾ ਤੁਹਾਨੂੰ ਤੁਸੀਂ ਇੱਕ ਵੀ ਈਕ ਪੁਆਇੰਟ ਮਿੰਤਰ ਮਤਲਬ ਨੋਟ ਨਹੀਂ ਕਰਵਾ ਸਕੋਗੇ ਵੀ ਇਹਦੇ ਵਿੱਚ ਆ ਘਾਟ ਹੈਗੀ ਇੰਨਾ ਵਧੀਆ ਤਰੀਕੇ ਨਾਲ ਆਪਾਂ ਪੇਸ਼ ਕੀਤਾ ਹੋ ਤੇ ਜਿਹੜਾ 22 ਨੰਬਰ ਪ੍ਰਸ਼ਨ ਹੈ ਇਹਦਾ ਆ ਗਿਆ ਜੀ ਉੱਤਰ ਆਪਸ਼ਨ ਨੰਬਰ 1 ਸਹੀ ਹੈ ਸੋਮਦ ਸਾਮਰਾਜ ਨੇ ਮਤਲਬ ਮੌਰੀਆ ਵੰਸ਼ ਦਾ ਜਿਹੜਾ ਅੰਤ ਕੀਤਾ ਸੀ ਵਿਸ਼ਯਾ ਵਿਸ਼ੂਮিত্র ਵਿਸ਼ੂਮিত্র ਸੀਗਾ ਵਿਸ਼ੂਮিত্র ਨੇ ਪੁਸ਼ਯਾ ਮਿੱਤਰ ਪੁਸ਼ਯਾ ਮਿੱਤਰ ਸੰਗ ਪੁਸ਼ਯਾ ਮਿੱਤਰ ਸੰਗ ਪੁਸ਼ਯਾ ਮਿੱਤਰ ਸੁੰਗ ਨੇ ਮਤਲਬ ਬ੍ਰਿਦਰਥ ਦੀ ਮੌਤ ਕਰ ਦਿੱਤੀ ਸੀ ਇਹ ਉਹਦਾ ਸੈਨਾਪਤੀ ਹੁੰਦਾ ਸੀ ਬ੍ਰਿਦਰਥ ਦਾ ਮੌਰੀਆ ਸਮਰਾਜ ਦਾ ਆਖਰੀ ਸਮਰਾਟ ਸੀ ਬ੍ਰਿਦਰਥ ਉਹਦਾ ਸੈਨਾਪਤੀ ਸੀ ਪੁਸ਼ਯਾ ਮਿੱਤਰ ਸੁੰਗ ਉਹਨੇ ਮਤਲਬ ਉਹਦੀ ਹੱਤਿਆ ਕਰ ਦਿੱਤੀ ਤੇ ਸੁੰਗ ਸਾਮਰਾਜ ਦਾ ਜਿਹੜਾ ਹੈਗਾ ਉਹ ਥਾਣ ਕੀਤਾ ਸਾਂਭ ਰਾਇ ਦਾਇਰਾ ਵਿਸਤਾਰ ਕੀਤਾ ਅੱਗੇ ਉਹਦਾ ਮਤਲਬ ਸਤਾਪੜਾ ਕੀਤੀ ਸੋ ਆਪਸ਼ਨ ਨੰਬਰ 1 ਸਹੀ ਸੀ ਦੋਸਤੋ ਥੋੜਾ ਜਿਹਾ ਆਵਾਜ਼ ਦੇ ਵਿੱਚ ਪ੍ਰੋਬਲਮ ਹੈ ਜਾਂ ਹੋਰ ਵੀ ਡਿਟੇਲ ਚ ਸਮਝਾ ਸਕਦੇ ਆ ਪਰ ਥੋੜੀ ਸੀਤ ਹੈ ਨਾ ਇਜਾਜ਼ਤ ਨਹੀਂ ਦਿੰਦੀ ਸੋ ਆਪਾਂ ਮੰਡੇ ਤੋਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਲੈਕਚਰ ਲੈ ਕੇ ਆਵਾਂਗੇ 25 24 ਤਰੀਕ ਤੋਂ ਕੰਟੀਨਿਊਸ ਲਗਾਤਾਰ 23 ਤਰੀਕ ਨੂੰ ਸੰਡੇ ਕੱਲ ਨੂੰ ਆਪਾਂ ਤੁਹਾਨੂੰ ਨੋਟਿਸ ਪ੍ਰੋਵਾਈਡ ਕਰਵਾ ਦੇਾਂਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਲਾਈਕ ਸ਼ੇਅਰ ਕਰਨਾ ਲਾਈਕ ਚਾਹੀਏ ਨਾ ਕਰਿਓ ਕੋਈ ਗੱਲ ਨਹੀਂ ਸ਼ੇਅਰ ਜ਼ਰੂਰ ਕਰਿਓ ਅੱਗੇ ਦੋਸਤਾਂ ਮਿੱਤਰਾਂ ਤੱਕ ਕੁਝ ਦੋਸਤਾਂ ਦੇ ਸਵਾਲ ਆਉਂਦੇ ਆ ਡੈਲੀ ਵੀ ਪੋਸਟਾਂ ਮਤਲਬ ਸਿਰੇ ਜਾਣਗੀਆਂ ਜਾਂ ਨਹੀਂ ਇਹ ਜਾਣਗੀਆਂ 100% ਬੀਐਡ ਟੈਟ ਪਾਸ 베ਰਜ਼ਗਾਰ 베ਰਜ਼ਗਾਰ ਅਧਿਆਪਕ ਜਥੇਬੰਦੀ ਦਾ ਪੂਰਾ ਜੋਰ ਲੱਗਿਆ ਸੀ ਇਹ ਪੋਸਟਾਂ ਨੂੰ ਕਢਵਾਉਣ ਵਾਸਤੇ ਉਹ ਮੁੰਡੇ ਮੈਂ ਨਾ ਥੋੜਾ ਵਿਰੇ ਧਿਆਨ ਸੁਣੀ ਮਨੀਸ਼ ਓਰੀ ਜਿਹੜੇ ਫਾਜ਼ਿਲ ਕਾਲੇ ਟੈਂਕੀ ਤੇ ਬੈਠੇ ਸੀ ਮੇਰੀ ਵੀ ਉਹਨਾਂ ਨਾਲ ਗੱਲ ਹੁੰਦੀ ਰਹੀ ਆ ਚਲੋ ਐਜ ਇਸਤਕਾਰ ਦੇ ਤੌਰ ਤੇ ਉਹਨਾਂ ਦਾ ਮਾਨ ਸਤਕਾਰ ਕਰਨਾ ਬਣਦਾ ਹੈ ਨਾ ਵੀ ਜਿਹੜਾ ਨੇ ਇੰਨੀ ਲੜਾਈ ਲੜੀ ਆਪਾਂ ਉਹਨਾਂ ਨੇ ਹੌਸਲੇ ਵਾਸਤੇ ਗੱਲ ਕਰਦੇ ਰਹੇ ਆ ਤੇ ਉਹਨਾਂ ਨੂੰ ਹੌਸਲਾ ਦਿੰਦੇ ਰਹੇ ਆ ਸੋ ਉਹਨਾਂ ਦੀ ਲੜਾਈ ਦੇ ਵਿੱਚੋਂ ਨਿਕਲਿਆ ਹੋਇਆ ਪੋਸਟਾ ਨੇ ਇਹ ਪੋਸਟਾ ਨੂੰ ਖਰਾਬ ਨਹੀਂ ਹੋਣ ਦੇਣਗੇ ਜੇ ਖਰਾਬ ਹੁੰਦੀਆਂ ਨੇ ਤਾਂ ਫਿਰ ਦੇਖੋ ਡੇਟ ਜਿਹੜਾ ਕਿ ਮੈਂ ਤੁਹਾਨੂੰ ਮੇਨ ਗੱਲ ਦੱਸਾਂ ਵੀ ਇਹਦੇ ਵਿੱਚ ਉਹਨਾਂ ਨੇ 1 1 2021 ਤੋਂ ਮਤਲਬ ਸੈਂਤੀ ਸਾਲ ਮੰਗੇ ਹੋਏ ਨੇ ਜਿਹੜੀ ਮਤਲਬ ਏਜ ਦੀ ਮੰਗੀ ਹੈ ਨਾ ਲਿਮਟ ਇਹ ਮੰਗੀ ਹੋਈ ਆ ਇਹ ਇਸੇ ਚ ਹੀ ਰਹਿ ਸਕਦੀ ਹੈ ਇਸ ਇਸ ਇਤਿਹਾਰ ਦੇ ਵਿੱਚ ਜੇ ਇਹ ਇਤਿਹਾਰ ਦੀਆਂ ਪੋਸਟਾਂ ਖਤਮ ਹੁੰਦੀਆਂ ਨਵਾਂ ਇਤਿਹਾਰ ਆਊਗਾ ਤਾਂ ਇੱਕ ਇੱਕ 22 ਵਾਲਾ ਆਊਗਾ ਤਾਂ ਇੱਕ ਸਾਲ ਮਤਲਬ ਇੱਕ ਕਿੰਨੇ ਬੰਦੇ ਓਵਰੇਜ ਹੋ ਜਾਣਗੇ ਕਿੰਨੀ ਵੱਡੀ ਗਿਣਤੀ ਜਿਹੜੇ ਸੰਘਰਸ਼ ਕਰਦੇ ਉਹ ਤਾਂ ਸਾਰੇ ਓਵਰੇਜ ਹੋ ਜਾਣਗੇ ਫਿਰ ਅਗਲੇ ਇਤਿਹਾਰ ਚ ਤਾਂ ਤਾਂ ਇਹ ਬੰਦੇ ਜਿਨ੍ਹਾਂ ਨੇ ਇਤਿਹਾਰ ਕਢਾਇਆ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਇੰਨੀ ਲੜਾਈ ਲੜੀ ਆ ਤੇ ਐਨਾ ਉਹਨਾਂ ਨੇ ਢਾਂਚਾ ਤਿਆਰ ਕਰਿਆ ਹੋਇਆ ਜਥੇਬੰਦੀ ਦਾ ਉਹ ਨਹੀਂ ਇਹਨੂੰ ਮਤਲਬ ਖਾਰਜ ਨਹੀਂ ਹੋਣ ਦੇਣਗੇ ਪੋਸਟਾਂ ਨੂੰ ਸਿਰੇ ਲਵਾਉਣਗੇ ਹੀ ਲਵਾਉਣਗੇ 100% ਗਾਰੰਟੀ ਹੈ ਇਹ ਸੋ ਪੜਨਾ ਤਿਆਰ ਕਰ ਦੋ ਸਾਰੇ ਪੜੇ ਦੀ ਤਿਆਰੀ ਰੱਖੋ ਸੋ ਮਿਲਦੇ ਆ ਅਗਲੇ ਵੀਡੀਓ ਲੈਕਚਰ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ